ਖੜਕੀ ਦੀ ਆਵਾਜ਼ ਸੁਣੀ, ਸਾਨੂੰ ਲੱਗਿਆ ਕੋਈ ਟਾਇਰ ਦਾ ਪਟਾਕਾ ਪੈ ਗਿਆ, ਪਰ ਜਦੋਂ ਅਸੀਂ ਦੇਖਿਆ ਤੇ ਇੱਥੇ ਫਾਇਰਿੰਗ ਹੋ ਰਹੀ ਸੀ। ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ, ਤਿੰਨਾਂ ਨੇ ਮੂੰਹ ਬੰਨੇ ਹੋਏ ਸੀ, ਤਿੰਨਾਂ ਕੋਲ ਰਫਲਾ ਪਿਸਟਲ ਸੀਗੇ। ਅੰਦਰ ਝੜਪ ਹੋਈ ਹੈ, ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਹੈ, ਅੰਦਰ ਵੀ ਗੋਲੀ ਚੱਲੀ, ਉਹਨਾਂ ਨੇ ਅੰਦਰ ਗੋਲੀ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ। ਜਦੋਂ ਪਤਾ ਨਹੀਂ ਪੈਸੇ ਦੱਸ ਦੇਣੇ 10-15 ਲੱਖ ਲੈ ਗਏ। ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਬਗਲੀ ਕਲਾਂ 'ਚ ਹੁਣੇ ਹੁਣੇ ਬੈਂਕ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਵੱਡਾ ਡਾਕਾ ਮਾਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਦਿਨ ਦਿਹਾੜੇ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਬੈਂਕ ਦੇ ਵਿੱਚ ਦਾਖਲ ਹੋ ਜਾਂਦੇ ਨੇ, ਅਤੇ ਜਦੋਂ ਸੁਰੱਖਿਆ ਕਰਮਚਾਰੀ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਲੁਟੇਰਿਆਂ ਦੇ ਵੱਲੋਂ ਠਾ ਕਰਵਾ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਸਟਾਫ ਨੂੰ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਪੂਰਾ ਇਲਾਕਾ ਸਹਿਮ ਉੱਠਿਆ ਅਤੇ ਆਸ ਪਾਸ ਦੇ ਲੋਕ ਗੋਲੀ ਦਾ ਖੜਾਕ ਸੁਣ ਕੇ ਬੈਂਕ ਦੇ ਵੱਲ ਇੱਕਦਮ ਭੱਜੇ ਆਏ। ਅਤੇ ਫਿਰ ਸਥਾਨਕ ਲੋਕਾਂ ਨੇ ਮੌਕੇ 'ਤੇ ਜੋ ਸੀਨ ਦੇਖੇ ਉਸ ਦੇ ਬਾਰੇ ਸੁਣੋ। ਗੁਰਪ੍ਰੀਤ ਸਿੰਘ ਬੈਨੀਪਾਲਾ ਜੀ, ਕੀ ਹੋਇਆ ਕੀ? ਇੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ, ਸਾਨੂੰ ਲੱਗਿਆ ਕੋਈ ਟਾਇਰ ਦਾ ਪਟਾਕਾ ਪੈ ਗਿਆ, ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ, ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ, ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ। ਕਿੰਨੇ ਵਿਅਕਤੀ ਸੀ? ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ, ਤਿੰਨਾਂ ਨੇ ਮੂੰਹ ਬੰਨੇ ਹੋਏ ਸੀ, ਤਿੰਨਾਂ ਕੋਲ ਰਫਲਾ ਪਿਸਟਲ ਸੀਗੇ। ਅੰਦਰ ਝੜਪ ਹੋਈ ਆ, ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ, ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ, ਰਫਲ ਨਾਲ ਲਿਜਾਣ ਗਏ ਸੀਗੇ, ਉਹ ਰਸਤੇ 'ਚ ਸਿੱਟ ਗਏ ਅਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤੇ ਨੇ। ਕਿੰਨੇ ਰਾਊਂਡ ਫਾਇਰ? ਰਾਊਂਡ ਦਾ ਹਜੇ ਐਕਸਪਰੋਕਸੀਮੇਟਲੀ ਪਤਾ ਨਹੀਂ, ਫੌਜੀ ਸਾਹਿਬ ਨੂੰ ਪਤਾ ਹੋਊਗਾ। ਅੰਦਰ ਵੀ ਗੋਲੀ ਚੱਲੀ, ਉਹਨਾਂ ਨੇ ਅੰਦਰ ਗੋਲੀ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ। ਕਿਵੇਂ ਦੇਖਦੇ ਪਿਓ ਕਿ ਜਿਹੜਾ ਅੱਜ ਕੱਲ੍ਹ ਲੁੱਟਾਂ ਦਿਨੋ ਦਿਨ ਵੱਧ ਰਿਹਾ, ਕਿੱਥੇ ਜਾ ਇਹਨੂੰ ਹੁਣ? ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ, ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ, ਆਪਾਂ ਕਿਸੇ ਨੂੰ ਕੋਈ ਅਲੀਗੇਸ਼ਨ ਕਰੀਏ, ਨਸ਼ੇੜੀ ਨੂੰ ਜਿਹਨੂੰ ਆਪਣੀ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਛ ਵੀ ਕਰ ਸਕਦਾ। ਪਤਾ ਲੱਗੇ ਵੀ ਕਿੱਧਰੋਂ ਆਏ ਸੀਗੇ? ਨਹੀਂ ਕਿੱਧਰੋਂ ਆਏ ਦਾ ਨਹੀਂ ਪਤਾ ਲੱਗਿਆ, ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ। ਹਰਮਵੀਰ ਸਿੰਘ, ਹਰਮਵੀਰ ਬਗਲੀ ਗੱਲਾਂ ਵੀਰੇ, ਕੀ ਹੋਇਆ, ਕੀ ਘਟਨਾ, ਕੀ ਹੋਈ? ਘਟਨਾ ਵੀਰੇ, ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਡਰ ਮੋਟਰਸਾਈਕਲ 'ਤੇ, ਅਸੀਂ ਵੀ ਹੁਣ CCTV ਕੈਮਰੇ ਦੇ ਵਿੱਚ ਦੇਖਿਆ, ਅਤੇ ਤਿੰਨਾਂ ਕੋਲ ਅਸਲਾ ਸੀਗਾ, ਉਹ ਅੰਦਰ ਵੜ ਗਏ ਅਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਨ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ। ਬੜੇ ਕਿੱਥੇ ਰਹੇ? ਕੀ ਕਿੱਥੇ ਬੜੇ? ਕਿੱਥੇ? ਗੇਟ ਦੇ ਵਿੱਚ, ਬੈਂਕ ਦੇ ਵਿੱਚ। ਕਿਹੜਾ ਬੈਂਕ? ਪੰਜਾਬ ਐਂਡ ਸਿੰਧ ਬੈਂਕ ਜੀ। ਤਿੰਨ ਜਾਣੇ ਸੀਗੇ ਜੀ, ਹਾਂਜੀ। ਫਿਰ ਉਹ ਪਤਾ ਨਹੀਂ ਪੈਸੇ ਦੱਸ ਦੇਣੇ 10-15 ਲੱਖ ਲੈ ਗਏ, ਸ਼ਾਇਦ ਮੇ ਵੀ ਪਤਾ ਨਹੀਂ ਕਿੰਨਾ ਹੋਊਗਾ। ਕੋਈ ਗੋਲੀ ਵੀ ਚੱਲੀ ਹੈ? ਗੋਲੀ ਚੱਲੀ ਹੈ ਕਹਿੰਦੇ ਅੰਦਰ ਜੀ। ਹਾਂਜੀ ਹਾਂਜੀ। ਕੋਈ ਜਾਨ ਮਾਨ ਦਾ ਕੋਈ ਨੁਕਸਾਨ ਨਹੀਂ ਹੈ, ਬਾਕੀ ਆ ਪੈਸੇ ਲੈ ਗਏ ਜ਼ਰੂਰ ਚੋਰੀ ਕਰਕੇ। ਪਿੰਡ ਆਹੀ ਪਿੰਡ ਆਪਣਾ? ਨਹੀਂ ਨਹੀਂ ਜੀ, ਆਹੀ ਪਿੰਡ ਆਪਣਾ। ਇੱਧਰੋਂ ਅੱਡੇ ਸਾਈਡ ਤੋਂ ਆਏ ਸੀਗੇ ਜੀ। ਇੱਧਰੋਂ ਹੀ ਗਏ ਨੇ ਜੀ, ਇੱਧਰੋਂ ਮੁੜੇ ਨੇ, ਇੱਥੇ ਮੋਟਰਸਾਈਕਲ ਖੜਾਇਆ ਸੀ ਉਹਨਾਂ ਨੇ। CCTV ਆਹ ਲੱਗਿਆ ਜੀ, ਬੈਂਕ ਦੇ ਬਾਹਰ ਇੱਕ ਸਟੂਡੀਓ 'ਤੇ ਲੱਗਿਆ ਹੋਇਆ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਕਿਉਰਿਟੀ ਗਾਰਡ ਨਾਲ ਪਾਈ ਹੋ ਕੇ ਜਿਹੜੇ ਆ ਉਹਦਾ ਅਪਰੋਕਸੀਮੇਟ 15 ਲੱਖ ਸਮਥਿੰਗ ਲੁੱਟ ਕੇ ਲੈ ਗਏ। ਕਿੰਨੇ ਬੰਦੇ ਰੋਡੇ ਸੀ? ਤਿੰਨੇ ਬੰਦੇ ਸਿਰੋਂ ਰੋਡੇ ਸੀ, ਜਿਹਨਾਂ ਦੇ ਮਗਰ ਸਾਡੀ ਜਿਹੜੀਆਂ 5-6 ਪੁਲਿਸ ਪਾਰਟੀਆਂ ਮਾਨਯੋਗ SSP ਸਾਹਿਬ ਦੀ ਸੁਪਰਮੀਨ ਦੇ ਥੱਲੇ ਲੱਗੀਆਂ ਹੋਈਆਂ, ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਾਰ ਚੁੱਕੇ ਆ, ਅਤੇ ਫੀਸ ਜਿਹੜੀ ਗੋਇੰਗ ਔਨ ਹੈ
ਮੁੱਲਿਓ ਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏ। ਇਹਨਾਂ ਨੇ ਦੱਸਿਆ ਉਹਨੇ ਜੀ ਸੈਂਟੀ ਸਿਟੀ ਦਾ ਬਾਅਦ ਚ ਪਤਾ ਲੱਗੂ ਜੀ ਉਹਨਾਂ ਨੇ ਫਾਇਰ ਕੀਤਾ। ਹਾਂ ਹਾਂ ਸੀ ਸੀ ਟੀ ਵੀ ਕੈਮਰੇ ਖੰਗਾਲ ਰਹੇ ਹਾਂ। ਮੁੱਢਲੀ ਜਾਂਚ ਤੋਂ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਏਦਾਂ ਆ ਕੈਸ਼ ਦਾ ਲੋਕ ਲੈ ਗਏ ਆ। ਅਪਰੋਕਸੀਮੇਟ 15 ਲੱਖ ਸਮਥਿੰਗ ਅਜੇ ਕਾਊਂਟਿੰਗ ਕਰ ਰਹੇ ਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 3 ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲਗਭਗ 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਦੇ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਜਿਨ੍ਹਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਖੈਰ, ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣਾ, ਇਹ ਘਟਨਾ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਹੈ। ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ।